की खाई जानी है सारा दिन खान तोड़ना तेरे काम में नहीं हो रहा की खानी है मम्मी कदे खाए ना पी कदे फोन देखा ना की अही जी कोई पैया कुछ खा खा के जाटी डोर है काम भी कर लिया कर कोई दो मिनट सारा तो काम कर दियो हूं तो काम करके बैठी है अब जी अब हूं गई थी मैं बाहर आउंदी फिर खान बैठी है फोन चक्कर रखेगा हूं तो है जी दीदी अब हूं आई है खाने चक्कर रहंदी छोटी अब हूं आई है मैं हूं फिर खान लग रही है आज शरीर का नहीं देख लो खालियां पाए गया आज इसी तल्ले फोन चक ले और कोई काम नहीं कर दिए दीजा और कौन करता आप सारा दिन यही काम खान पी रही हो लग ही लग रहा है बाहर सारा दिन टोक दे रहे हैं ना खाने पे दस की खानी है मैं खाना तो है ही है ना भूखे तो नहीं रहना है हम देख लियो खान पे आओ हूँ है नहीं कोई करे देखा हूँ तेरा खान पीन की बैठी हो गई होर तेरा कोई काम नहीं तू लग रही है फिर खाना तेरे नु सारा अपने खान पीन तो कोई काम नहीं है तू मैं की खानी है जी सारा दिन टोकते रहने हो तुसी मेनू सारा दिन तो खांदी है कदे कुलचे खा ले कदे बर्गर खा ले कदे पिज्जे खा ले कदे चिप्स खा ले कदे कुरकुरे खा ले ਕਦੋਂ ਖਾਣੀ ਤੁਸੀਂ ਮੈਨੂੰ ਕਦੋਂ ਲਿਆ ਕੇ ਦਿੰਦੇ ਹੋਗੇ ਤੁਸੀਂ ਅੱਜ ਦੇਖ ਲੈ ਮੈਨੂੰ ਖਾਂਦੀ ਨੂੰ ਤਾਂ ਤੁਸੀਂ ਰੋਦੀ ਮੈਨੂੰ ਟੋਕਦਾ ਆ ਕੇ ਜੇ ਜਿਹੜੀ ਚੀਜ਼ ਨੂੰ ਦੇਖ ਲੈਣਾ ਉਸ ਨੂੰ ਕਹਿਣ ਲੱਗ ਜਾਂਦੇ ਹੋਗੇ ਐ ਕਿ ਮੇਰੇ ਵਾਸਤੇ ਇੱਕ ਪੰਜੀਰੀ ਲਾ ਕੇ ਧਰੀ ਹੋਈ ਹੈ ਛੋਟੀ ਪੰਜੀਰੀ ਲਾ ਕੇ ਦੇ ਦਾਂਗੇ ਉਹ ਤਾਂ ਤੇਰੇ ਢਿੱਡ 'ਚ ਪਊਗੀ ਕੰਮ ਤਾਂ ਆਊਗੀ ਤੇਰੇ ਇਹ ਕੀ ਤੈਨੂੰ ਖਾਣ ਨੂੰ ਦੇਣੀਆਂ ਚੀਜ਼ਾਂ ਇਹ ਤੇਰੇ ਸਰੀਰ 'ਚ ਕੀ ਬਣੂ ਇਹਨਾਂ ਨਾਲ ਤਾਂ ਬਿਮਾਰੀਆਂ ਦਾ ਕਰ ਲੈਂਦੇ ਅੱਛਾ ਮੈਨੂੰ ਕਹਿੰਦੇ ਆਪਦਾ ਦੇਖਿਓ ਮੈਂ ਤਾਂ ਬੰਦਾ ਗੈਰ ਮੈਨੂੰ ਕੌਣ ਕਹੂਗਾ ਅੱਛਾ ਮੈਂ ਫਿਰ ਪਹਿਲਾਂ ਤਾਂ ਨਹੀਂ ਇਹ ਜੀ ਦੀ ਆ ਬਾਅਦ 'ਚ ਹੋਈਆਂ ਜੀ ਬੱਚਿਆਂ ਤੋਂ ਬਾਅਦ ਦੋ ਬੱਚਿਆਂ ਤੋਂ ਬਾਅਦ ਹੋ ਜਾਂਦਾ ਸਰੀਰ ਕਿਤੇ ਮੋਟਾ ਹੋ ਜਾਂਦਾ ਕਿਤੇ ਕੋਈ ਪਤਲਾ ਹੋ ਜਾਂਦਾ ਇਹ ਤਾਂ ਮੇਰਾ ਕੀ ਕਸੂਰ ਹੈ ਤੁਸੀਂ ਮੇਰੇ ਖਾਣ ਤੇ ਸਾਰਾ ਦਿਨ ਲੱਗਦੇ ਰਹਿੰਦੇ ਹੋਗੇ ਫਿਰ ਵੀ ਆਪਣੇ ਆਪ ਦੇ ਸਰੀਰ ਦਾ ਧਿਆਨ ਰੱਖਣਾ ਚਾਹੀਦਾ ਮੈਂ ਬਹੁਤ ਧਿਆਨ ਰੱਖਦੀ ਕਿੰਨਾ ਚਾਹ ਕੋਈ ਨਹੀਂ ਮੈਂ ਤੜਕੇ ਜਾਣਾ ਹੈਗਾ ਕੰਮ ਤੇ ਮੇਰੇ ਕੱਪੜਾ ਲੀੜਾ ਉੱਤੇ ਪਾ ਕੇ ਰੱਖ ਦੇ ਫਿਰ ਮੈਂ ਜਾਣਾ ਕਿੱਥੇ ਜਾਓਗੇ ਕਿਤੇ ਜਾਣਾ ਹੈਗਾ ਮੈਂ ਬਾਹਰ ਜਾਣਾ ਕੰਮ ਦੇ ਵਾਸਤੇ ਜਾਣਾ ਹੈ ਮੇਰੇ ਠੀਕ ਹੈ ਤੇਰੇ ਕੱਪੜੇ ਪਾ ਕੇ ਰੱਖ ਦੇ ਤੇ ਮੈਂ ਜਾਵਾਂ ਚੱਲ ਠੀਕ ਹੈ ਫਿਰ ਮੈਨੂੰ ਵੀ ਲੈ ਜਾ ਤੈਨੂੰ ਵੀ ਗੋਵਾਂ ਨਹੀਂ ਆਉਣ ਲੱਗ ਤੇ ਸਭ ਮਜ਼ਾਕ ਕਰਨਗੇ ਸਾਰੇ ਕਿਹੜੇ ਜੀ ਮੇਰੇ ਨਾਲ ਕੀ ਮਜ਼ਾਕ ਹੋਊਗਾ ਉਹ ਕਹੂਗਾ ਅਗਲਾ ਵੀ ਮੋਟੀ ਕਰਕੇ ਜਨਾਨੀ ਨਾਲ ਇਹਦਾ ਨਾ ਕੁਝ ਕਰਦਾ ਹੈਗਾ ਉਹਨੂੰ ਕੋਈ ਗੱਲ ਨਹੀਂ ਸਾਨੂੰ ਸਾਰਾ ਦਿਨ ਮੇਰੇ ਖਾਣ ਦੀ ਹੋ ਰਹਿੰਦੀ ਹੈ ਨਾ ਮੈਂ ਵੀ ਹੁਣ ਖਾਂਦੀ ਨਹੀਂ ਕੁਛ ਮੈਂ ਵੀ ਹੁਣ ਉਹ ਕਰਕੇ ਦਿਖਾਉਂਗੀ ਆਪਦੇ ਆਪ ਨੂੰ ਫਿੱਟ ਹੋ ਕੇ ਦਿਖਾਉਂ ਕੋਈ ਨਾ ਸਾਰਾ ਦਿਨ ਟੋਕੀ ਜਾਣਗੇ ਲਿਫੜਾ ਪੋਚਾ ਉਹਦੇ ਨਾਲ ਲਾਇਆ ਕਰ ਇਹਦੇ ਨਾਲ ਮਾਰ ਦਿੰਦੇ ਨੰਤਰਾਂ ਨਹੀਂ ਵੀ ਕਹਿ ਕੇ ਹੈ ਚਲ ਠੀਕ ਹੈ ਮੰਮੀ ਹਾਂ ਉਹਦੇ ਨਾਲ ਲਾ ਲੈਣੀ ਆ ਮੈਂ ਤਾਂ ਤੁਸੀਂ ਨਹੀਂ ਕਰਨੀ ਆ ਕੀ
ਸਵੇਰ ਦੀ ਕੁਛ ਨਹੀਂ ਖਾਧਾ ਹੈਗਾ। ਇਹਨਾਂ ਨੂੰ ਐਂ ਤਾਂ ਦਿਖਦਾ ਵੀ ਖਾਂਦੀ ਹੈ, ਕੰਮ ਨਹੀਂ ਦਿਖਦਾ ਹੈਗਾ। ਸਾਰਾ ਦਿਨ ਜਿਹੜਾ ਕੰਮ ਕਰਦੀ ਹੈਗੀ ਵੀ ਕੰਮ, ਜੇ ਕੰਮ ਕਰਕੇ ਖਾਂਦੀ ਹੈਗੀ, ਇੰਨਾ ਕੰਮ ਹੁੰਦਾ ਘਰ 'ਚ, ਖਾਣਾ ਤਾਂ ਹੈਗਾ ਹੀ ਆ ਰੋਕ ਟੋਕ। ਕੀ ਹੋ ਗਿਆ ਐਂ ਪਤਾ ਵਿੱਕੀ, ਹੈ ਸਾਹਮਣੇ ਕੀ ਗੱਲ ਹੋ ਗਈ, ਚੱਕਰ ਆ ਜਾਂਦਾ। ਕੀ ਹੋ ਗਿਆ ਮੈਂ ਤੈਨੂੰ ਅਗਲੇ ਦਾ ਕੀ ਕਸੂਰ ਹੁੰਦਾ, ਇਹਦਾ ਰੱਬ ਦੀ ਦੇਣ ਹੈ। ਕੋਈ ਮੋਟਾ ਹੈ, ਕੋਈ ਪਤਲਾ ਹੈ, ਕੋਈ ਗੋਰ ਹੈ, ਕੋਈ ਕਾਲਾ ਹੈ, ਹਨਾ। ਖਾਸ ਕਰਕੇ ਔਰਤਾਂ ਨੂੰ ਇਹ ਚੀਜ਼ ਦਾ ਬਹੁਤ ਜ਼ਿਆਦਾ ਸਾਹਮਣਾ ਕਰਨਾ ਪੈਂਦਾ ਵੀ ਜਦੋਂ ਬੱਚਾ ਹੁੰਦਾ ਕਿਸੇ ਵੀ ਔਰਤ ਦੇ, ਵੀ ਹਰੇਕ ਦਾ ਸਰੀਰ ਬਦਲਦਾ ਹੈਗਾ। ਉਹਦੇ ਬੱਚਾ ਹੋਣ ਤੋਂ ਬਾਅਦ ਕੋਈ ਮੋਟਾ ਹੋ ਜਾਂਦਾ, ਕੋਈ ਪਤਲਾ ਹੋ ਜਾਂਦਾ, ਕਿਸੇ ਦਾ ਆਪਰੇਸ਼ਨ ਨਾਲ ਹੁੰਦਾ, ਵੀ ਇਹਦੇ ਵਿੱਚ ਫਿਰ ਬਹੁਤ ਲੋਕ ਫਿਰ ਉਹਨੂੰ ਖੁਦ ਨੂੰ ਵੀ ਅਗਲੀ ਨੂੰ ਸ਼ਰਮਿੰਦਗੀ ਮਹਿਸੂਸ ਹੁੰਦੀ ਹੈ ਅਤੇ ਦੂਸਰੇ ਲੋਕ ਵੀ ਉਹਨੂੰ ਸ਼ਰਮਿੰਦਾ ਕਰਦੇ ਨੇ, ਬੇਇੱਜ਼ਤੀ ਕਰਦੇ ਨੇ ਉਹਦੀ, ਵੀ ਇੱਦਾਂ ਕਰਨਾ ਨਹੀਂ ਚਾਹੀਦਾ ਹੈਗਾ। ਅਗਲੇ ਨੂੰ ਕਿੰਨਾ ਦੁੱਖ ਲੱਗਦਾ ਇਹ ਚੀਜ਼ ਦਾ, ਵੀ ਉਹ ਬਹੁਤ ਜ਼ਿਆਦਾ ਬੁਰੀ ਗੱਲ ਹੈਗੀ। ਸ਼ਰਮ ਜਿਹੜਾ ਮੋਟਾ ਹੁੰਦਾ ਜਾਂ ਪਤਲਾ ਹੁੰਦਾ ਉਹਨੂੰ ਨਹੀਂ ਆਉਣੀ ਚਾਹੀਦੀ, ਸਗੋਂ ਸ਼ਰਮ ਉਹਨੂੰ ਜਿਹੜਾ ਕਰ ਬੋਲਦਾ ਨਾ ਉਹਨੂੰ ਆਉਣੀ ਚਾਹੀਦੀ ਹੈ। ਕਈ ਕਹਿ ਦੇਣਗੇ ਹਾਂ ਜੀ ਤੁਸੀਂ ਤਾਂ ਖਾਂਦੇ ਹੋ ਇੰਨਾ ਕੇ, ਇੰਨਾ ਖਾ ਕੇ ਮੋਟੇ ਹੋਏ ਪਿਓ, ਜੇ ਕੋਈ ਪਤਲਾ ਹੁੰਦਾ ਤਾਂ ਉਹਨੂੰ ਕਹਿ ਦੇਣਗੇ ਹਾਂ ਜੀ ਤੂੰ, ਤੈਨੂੰ ਤਾਂ ਕੁਛ ਮਿਲਦਾ ਨਹੀਂ, ਖਾ ਲਿਆ ਕਰ, ਜੇ ਫੂਕ ਮਾਰੇ ਤਾਂ ਉੱਡ ਜਾਏਗੀ। ਵੀ ਇੱਦਾਂ ਨਾ ਕਰਿਆ ਕਰੋ, ਅਗਲੇ ਦੀ ਫੀਲਿੰਗ ਨੂੰ ਸਮਝਿਆ ਕਰੋ, ਅਗਲੇ ਨੂੰ ਕਿੰਨਾ ਬੁਰਾ ਲੱਗਦਾ ਹੋਊਗਾ ਜਦੋਂ ਅਗਲਾ ਬੋਲਦਾ ਹੋਊਗਾ, ਸੋਚਿਆ ਕਰੋ ਜੀ। ਹਾਂਜੀ ਹਾਂਜੀ ਬਿਲਕੁਲ ਸਹੀ ਗੱਲ ਕਹੀ ਹੈਗੀ ਇਹਨਾਂ ਨੇ, ਵੀ ਜਿਹੜਾ ਇਹ ਬੰਦਾ ਮੋਟਾ ਜਾਂ ਕੋਈ ਜਨਾਨੀ ਪਤਲੀ ਹੈ ਜਾਂ ਮੋਟੀ ਹੈਗਾ, ਉਹਦੇ ਵਿੱਚ ਉਹਦਾ ਕੋਈ ਕਸੂਰ ਨਹੀਂ ਹੁੰਦਾ ਹੈਗਾ। ਦੇਖਣ ਵਾਲਿਆਂ ਦਾ ਨਜ਼ਰੀਆ ਜਾਂ ਕੋਈ ਉਹਨਾਂ ਨੂੰ ਕਹਿਣਾ ਵੀ ਇਹ ਵੱਧ ਖਾਂਦੇ ਜਾਂ ਘੱਟ ਖਾਂਦੇ ਨੇ, ਇਹ ਤਾਂ ਇੱਕ ਕੁਦਰਤੀ ਆਪਣਾ ਸਰੀਰ ਦੀ ਬਣਾਵਟ ਹੈਗੀ, ਹੈ ਨਾ। ਵੀ ਕਿਵੇਂ ਕਦੋਂ ਕਿਸੇ ਦੀ ਉਮਰ 'ਚ ਕਿਸ ਤਰ੍ਹਾਂ ਦਾ ਕਿਵੇਂ ਹੋ ਗਿਆ, ਕੋਈ ਦਾ ਹੈਲਥੀ ਵਾਹਲਾ ਮੋਟਾ ਹੁੰਦਾ ਹੈ ਜਾਂ ਕਿਵੇਂ ਵੀ ਹੁੰਦਾ ਹੈਗਾ, ਅਸੀਂ ਬਸ ਇਹੀ ਵੀਡੀਓ ਦੇ ਵਿੱਚ ਦਿਖਾਇਆ ਗਿਆ, ਬਾਕੀ ਤੁਹਾਨੂੰ ਉਹਨਾਂ ਨੇ ਵਿਆਖਿਆ ਕਰਕੇ ਦੱਸੀ ਦਿੱਤਾ। ਬਾਕੀ ਤੁਹਾਡੀ ਵੀਡੀਓ ਕਰਕੇ ਸਾਨੂੰ ਲਾਈਕ ਸ਼ੇਅਰ ਕਰਨ ਤੋਂ ਕਮੈਂਟ ਕਰਕੇ ਦੱਸਿਓ ਵੀ ਤੁਹਾਨੂੰ ਵੀਡੀਓ ਕਿੱਦਾਂ ਨਹੀਂ ਲੱਗਦੀ ਹੈ। ਸਾਡੀ ਜਿਹੜੀ ਆਉਣ ਵਾਲੀਆਂ ਵੀਡੀਓ ਨੇਗੀਆਂ ਅਸੀਂ ਹੋਰ ਵੀ ਸੁਧਾਰ ਕਰਾਂਗੇ, ਪਰ ਤੁਹਾਨੂੰ ਮੈਨੂੰ ਪਤਾ ਹੈ ਨਿੱਕੀਆਂ ਮੋਟੀਆਂ ਗੱਲਾਂ ਸਭ ਤੋਂ ਗਲਤੀਆਂ ਹੁੰਦੀਆਂ ਰਹਿੰਦੀਆਂ ਹੈਗੀਆਂ, ਕੁਛ ਕਹਿ ਲੈਂਦੇ ਹਾਂ ਅਸੀਂ ਜਾਂ ਮਤਲਬ ਸਭ ਤੋਂ ਕੋਈ ਮਿਸਹੈਪਿੰਡ ਹੋ ਜਾਂਦੀ ਹੈ ਕਿਸੇ ਮਤਲਬ ਸੀਨ ਦੀ, ਤਾਂ ਅਸੀਂ ਹੌਲੀ ਹੌਲੀ ਇਸ ਚੀਜ਼ ਦਾ ਸੁਧਾਰ ਕਰ ਲਾਂਗੇ, ਕਿਹਾ ਜਾਂਦਾ। ਹਾਂਜੀ ਬਾਕੀ ਸਾਡੀ ਵੀਡੀਓ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ, ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਦੇ ਤੁਸੀਂ ਵੀਡੀਓ ਦੇਖ ਕੇ ਵਗ ਜਾਂਦੇ। ਵਧੀਆ ਬਣ ਗਈ ਹੈ ਨਾ, ਲਾਈਟ ਵੀ ਵਗ ਰਹੀ ਪੂਰੇ ਚੁੱਕਾ ਕਰਨਾ। ਬੋਲ ਜੀ ਅਨਾ ਰੀਸ਼ੂ। ਹਾਂਜੀ ਕੋਈ ਐਕਸਰਸਾਈਜ਼ ਹੀ ਕਰਨ ਲੱਗ ਰਹੀ ਇਹਨੇ ਮੰਮੀ ਫੇਰ ਆ ਗਈ। ਹਾਂ ਕੀ ਕਰਾਂਗੇ ਇਸ ਵਾਰ, ਹੁੰਦੀ ਤਾਂ ਐਡੀ ਤੇਰੇ ਢਿੱਡ ਵੱਡਾ ਹੈਗਾ, ਇਹ ਸਭ ਆਸਣ ਕਰੂਗੀ ਐ ਇੰਨਾ ਵੱਡਾ, ਇਹਦਾ ਹੀ ਵੱਡਾ ਵੱਡਾ ਸਭ ਆਸਣ ਕਰੂਗੀ। ਆਹ ਦੇਖ ਕੇ ਚਲੋ ਕਿਹੜਾ ਫਿਰ ਦੱਸੋ ਮੈਨੂੰ ਸੀਨ ਵੀ ਕਿਵੇਂ ਜੇ ਐਕਸਰਸਾਈਜ਼ ਕਰਨ ਲੱਗ ਰਹੀ ਐ ਤੂੰ। ਬਸ ਇਹ ਐ ਮਤਲਬ ਐ ਬੈ ਕੇ ਪਾਈ ਕੇ ਐ ਠੀਕ ਹੈ, ਜਿਹੜਾ ਢਿੱਡ ਹੋ ਜੇ ਲਾਇਕ ਦੋਸਤੋ ਦੱਬ ਕੇ ਲਾਇਕ ਕਰ ਦਿਓ, ਸਾਡੀ
हेलो कर दिया कहता कज्जर और आप ही बदल जोगे संकेत दो चार बार कर ली और सूट कंप्लीट हो चुका है बस ओके ओके नहीं तो बोलना मैं ही बोल दूंगी ठीक है रब का देन है कोई बच्चे को बाद मोटी पहली शुरू तो तारी मोटी नहीं होंगी चलो बेबी ने तो बुला लो भाई बेबी ने भी बुला